ਉਹ ਵੰਡੀਆਂ ਪਿੰਡਾਂ 'ਚ ਜਾ ਕੇ ਨੇ ਪੈਫਲੈਟ ਵੰਡੇ ਹਜੇ ਭਾੜੇ ਨਾ ਬਾਈ। ਇਸ ਕਰਕੇ ਅਸੀਂ ਕਿਸੇ ਵੀ ਉਹ ਇਨਸਾਨ ਨੂੰ ਬਰਦਾਸ਼ਤ, ਅਸੀਂ ਕੀ ਕੋਈ ਵੀ ਬੰਦਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਵੀ ਬੀਜੇਪੀ ਆਰ ਐਸ ਐਸ ਨੂੰ ਪਸੰਦ ਨਹੀਂ ਕਰਦਾ। ਇਸ ਕਰਕੇ ਅਸੀਂ ਮਾਰਕੀਟ ਨੂੰ ਦੱਸਣਾ ਚਾਹੁੰਦੇ ਸੀ, ਹਾਂ ਪਾੜ ਦੇ ਬਈ ਪੜਾ ਦੇ ਲਈ ਰੰਗ ਨਾ ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ। ਭਾਜਪਾ ਨੇ ਪਿੱਟੂ ਸਰਦੂਲਗੜ ਦਾ ਆਗੂ ਬੀਜੇਪੀ ਦਾ ਜਗਜੀਤ ਸਿੰਘ ਮਿਲਖਾ ਆਗੂ ਜਾਂਦਾ ਪਿੰਡ ਦੇ ਵਿੱਚ ਵਿਰੋਧ ਕਰੋ, ਇਹਨੇ 100 ਫਲੈਕਸ ਛਪਾ ਕੇ ਲਵਾਇਆ ਸਰਦੂਲਗੜ੍ਹ ਦੇ ਵਿੱਚ, ਪਿੰਡਾਂ ਦੇ ਵਿੱਚ ਵੀ ਲੱਗੇ ਨੇ, ਜਿੱਥੇ ਫਲੈਕਸ ਲੱਗਿਆ ਉਹ ਪੱਟ ਦਿਓ। ਜੇ ਕੋਈ ਦਿੱਕਤ ਆਉਂਦੀ ਹੈ, ਪ੍ਰਸ਼ਾਸਨ ਕੋਈ ਸੁਣਨਾ ਧੱਕੇਸ਼ਾਹੀ ਕਰਦਾ ਇਹਦੇ ਪੱਖ 'ਚ ਖੜਦਾ ਤਾਂ ਸਾਨੂੰ ਦੱਸੋ। ਪਰ ਇਹਨੂੰ ਆਪਾਂ ਕੋਈ ਗਤੀਵਿਧੀ ਨਹੀਂ ਕਰਨ ਦੇਣੀ, ਇਹਨੂੰ ਕੀ ਕਿਸੇ ਵੀ ਬੀਜੇਪੀ ਦੇ ਆਗੂ ਨੂੰ, ਇਹ ਗੱਲ ਧਿਆਨ 'ਚ ਰੱਖਣੀ ਹੈ। ਤੇ ਹੁਣ ਛਿੱਤਰ ਮਾਰੋ ਛਿੱਤਰ ਦੇ ਚਾਰਧਾਰਾ ਨੂੰ ਜਿਹੜੀਆਂ ਸਮਰਪਿਤ ਕਿਤਾਬਾਂ ਨੇ ਉਹ ਵੰਡੀਆਂ ਪਿੰਡਾਂ 'ਚ ਜਾ ਕੇ ਨੇ ਪੈਫਲੈਟ ਵੰਡੇ ਹਜੇ ਭਾੜੇ ਨਾ ਬਾਈ। ਇਸ ਕਰਕੇ ਅਸੀਂ ਕਿਸੇ ਵੀ ਉਹ ਇਨਸਾਨ ਨੂੰ ਬਰਦਾਸ਼ਤ, ਅਸੀਂ ਕੀ ਕੋਈ ਵੀ ਬੰਦਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਵੀ ਬੀਜੇਪੀ ਆਰ ਐਸ ਐਸ ਨੂੰ ਪਸੰਦ ਨਹੀਂ ਕਰਦਾ। ਇਸ ਕਰਕੇ ਅਸੀਂ ਮਾਰਕੀਟ ਨੂੰ ਦੱਸਣਾ ਚਾਹੁੰਦੇ ਸੀ, ਹਾਂ ਪਾੜ ਦੇ ਬਈ ਪੜਾ ਦੇ ਲਈ ਰੰਗ ਨਾ ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ। ਭਾਜਪਾ ਨੇ ਪਿੱਟੂ ਸਰਦੂਲਗੜ੍ਹ ਦਾ ਆਗੂ ਬੀਜੇਪੀ ਦਾ ਜਗਜੀਤ ਸਿੰਘ ਮਿਲਖਾ ਮੁਰਦਾਬਾਦ ਜਗਜੀਤ ਸਿੰਘ ਮਿਲਖਾ ਮੁਰਦਾਬਾਦ ਜਗਜੀਤ ਸਿੰਘ ਮਿਲਖਾ ਮੁਰਦਾਬਾਦ। ਅਸਲ 'ਚ ਇਹਨਾਂ ਨੇ ਅਸਲ ਛਿੱਤਰ ਵੀ ਕਿਸੇ ਵੀ ਪਿੰਡ ਦੇ ਵਿੱਚ ਇਹਨਾਂ ਨੇ ਕੋਈ ਵੀ ਵਰਕਰ ਜਾਂਦਾ ਆਗੂ ਜਾਂਦਾ ਪਿੰਡ ਦੇ ਵਿੱਚ ਵਿਰੋਧ ਕਰੋ, ਇਹਨੇ 100 ਫਲੈਕਸ ਛਪਾ ਕੇ ਲਵਾਇਆ ਸਰਦੂਲਗੜ੍ਹ ਦੇ ਵਿੱਚ, ਪਿੰਡਾਂ ਦੇ ਵਿੱਚ ਵੀ ਲੱਗੇ ਨੇ, ਜਿੱਥੇ ਫਲੈਕਸ ਲੱਗਿਆ ਉਹ ਪੱਟ ਦਿਓ। ਜੇ ਕੋਈ ਦਿੱਕਤ ਆਉਂਦੀ ਹੈ, ਪ੍ਰਸ਼ਾਸਨ ਕੋਈ ਸੁਣਨਾ ਧੱਕੇਸ਼ਾਹੀ ਕਰਦਾ ਇਹਦੇ ਪੱਖ 'ਚ ਖੜਦਾ ਤਾਂ ਸਾਨੂੰ ਦੱਸੋ। ਪਰ ਇਹਨੂੰ ਆਪਾਂ ਕੋਈ ਗਤੀਵਿਧੀ ਨਹੀਂ ਕਰਨ ਦੇਣੀ, ਇਹਨੂੰ ਕੀ ਕਿਸੇ ਵੀ ਬੀਜੇਪੀ ਦੇ ਆਗੂ ਨੂੰ, ਇਹ ਗੱਲ ਧਿਆਨ 'ਚ ਰੱਖਣੀ ਹੈ। ਤੇ ਹੁਣ